ਅਸੀਂ ਸਾਰੇ ਖਰੀਏ ਦੇ ਨਾਲ ਹੋਵਾਂਗੇ ਤੇ ਅੱਜ ਸਾਡੇ ਕੋਲ ਮੌਸਮ ਇੱਥੇ ਬਹੁਤ ਹੀ ਠੰਡਾ ਹੁੰਦਾ ਤੇ ਅੱਜ ਅਸੀਂ ਬਣਾ ਲਗੇ ਆ ਪਕੌੜੇ ਉਹ ਵੀ ਜਿਹੜਾ ਮੈਂ ਆਪਣੇ ਤਰੀਕੇ ਨਾਲ ਕੋਈ ਐਕਸਪਰਟ ਤੇ ਹੈ ਨਹੀਂ ਤੁਹਾਡੇ ਨਾਲ ਕਰਦਾ ਸ਼ੇਅਰ ਕਿਹੋ ਜਿਹੇ ਬਣਾਵਾਂਗਾ ਤੇ ਤੁਸੀਂ ਮੈਨੂੰ ਦੱਸਣਾ ਕਿਹੋ ਜਿਹੇ ਬਣੇ ਨੇ ਚਲੋ ਵਿਖਾਉਂਦਾ ਮੈਂ ਅੱਜ ਕੀ ਮਸਾਲੇ ਪਾਉਣੇ ਨੇ ਇਹਦੇ ਅੰਦਰ ਪਹਿਲੇ ਤਾਂ ਸਾਰਿਆਂ ਨਾਲੋਂ ਜ਼ਿਆਦਾ ਪਿਆਜ਼ ਆਏਗਾ ਫਿਰ ਇਸ ਤੋਂ ਬਾਅਦ ਅਸੀਂ ਆਲੂ ਵੀ ਲਏ ਨੇ ਤੇ ਇਹ ਆ ਗਏ ਸਪਰਿੰਗ ਆਨੀਅਨ ਇਹ ਨਾਲ ਧਨੀਆ ਵੀ ਆਇਆ ਇਹਦੇ 'ਚ ਅਤੇ ਇਹ ਗ੍ਰੀਨ ਮਿਰਚ ਵੀ ਹੈਗੀ ਸਾਡੇ ਕੋਲ ਅਤੇ ਇਸ ਤੋਂ ਬਾਅਦ ਮਸਾਲੇ ਤਾਂ ਲਾਜ਼ਮੀ ਜਾਣਗੇ ਉਹ ਵਿਖਾ ਦਿੰਦੇ ਹਾਂ ਇਹ ਮੈਂ ਆਪਣੇ ਤਰੀਕੇ ਨਾਲ ਜਿਵੇਂ ਬਣਾਉਂਦਾ ਹੁੰਦਾ ਇਹ ਤੁਸੀਂ ਵੇਖ ਰਹੇ ਹੋਵੋਗੇ ਆਪਣਾ ਅਨਾਰਦਾਣਾ ਸੁੱਕਾ ਧਨੀਆ ਵੀ ਹੈਗਾ ਇੱਥੇ ਇਹ ਕਸੂਰੀ ਮੇਥੀ ਸਾਡੇ ਕੋਲ ਲੱਭਦੀ ਸੁੱਕੀ ਹੋਈ ਉਹ ਤੁਸੀਂ ਪਾ ਸਕਦੇ ਹੋ ਅਤੇ ਥੋੜ੍ਹਾ ਜਿਹਾ ਨਾਲ ਗਰਮ ਮਸਾਲਾ ਇਹ ਕਸ਼ਮੀਰੀ ਮਿਰਚ ਹੈ ਅਤੇ ਇਹ ਨੋਰਮਲ ਮਿਰਚ ਹੈ ਸਾਡੇ ਕੋਲ ਅਤੇ ਨਾਲ ਨਮਕ ਵੀ ਤਾਂ ਲਾਜ਼ਮੀ ਚਾਹੀਦਾ ਅਤੇ ਆਪਣਾ ਗਰਮ ਫਲਾਵਰ ਤੋਂ ਬਗੈਰ ਤਾਂ ਕੰਮ ਹੋ ਨਹੀਂ ਸਕਦਾ ਤਾਂ ਕਰਦੇ ਹਾਂ ਮਿਕਸ ਅਤੇ ਵਿਖਾਉਂਦੇ ਹਾਂ ਤੁਹਾਨੂੰ ਕਿਸ ਤਰ੍ਹਾਂ ਹੋਏਗਾ ਮਿਕਸ ਅਤੇ ਕਿਸ ਤਰ੍ਹਾਂ ਬਣਨਗੇ ਮੇਰੇ ਸਟਾਈਲ ਦੇ ਪਕੌੜੇ ਅਤੇ ਉਮੀਦ ਕਰਦਾ ਤੁਹਾਨੂੰ ਪਸੰਦ ਆਏਗੀ ਚਲੋ ਕਰਦੇ ਹਾਂ ਮਿਕਸ ਅਤੇ ਵਿਖਾਉਂਦੇ ਹਾਂ ਤੁਹਾਨੂੰ ਅਗਲਾ ਕੰਮ ਜੀ ਅਸੀਂ ਕਰਨ ਲੱਗੇ ਹਾਂ ਮਿਕਸ ਹੁਣ ਚਲੋ ਜੀ ਸਾਰਾ ਕੁਝ ਬੋਲ ਦੇ ਅੰਦਰ ਪਾ ਦੇਣਾ ਜੇ ਪਿਆਜ਼ ਆਲਰੇਡੀ ਪਿਆ ਅਤੇ ਇਹਨੂੰ ਅੱਛੀ ਤਰ੍ਹਾਂ ਮਿਕਸ ਕਰਾਂਗੇ ਅਤੇ ਫਿਰ ਬਣਾਵਾਂਗੇ ਪਕੌੜੇ ਇਹਨਾਂ ਦੇ ਅਤੇ ਮਸਾਲੇ ਮਸੂਲੇ ਸਾਰੇ ਅਸੀਂ ਪਾ ਦੇਣੇ ਨੇ ਅੱਛੀ ਤਰ੍ਹਾਂ ਸਾਰਾ ਮਿਕਸ ਕਰਕੇ ਇਸ ਤੋਂ ਬਾਅਦ ਮਸਾਲੇ ਪਾਵਾਂਗੇ ਮੇਰੇ ਸਟਾਈਲ ਦੇ ਪਕੌੜੇ ਨਾ ਹਰ ਬੰਦਾ ਆਪਣੇ ਡਿਫਰੈਂਟ ਤਰੀਕੇ ਦੇ ਨਾਲ ਪਕੌੜੇ ਬਣਾਉਂਦਾ ਜਿਹੜੀ ਮੈਨੂੰ ਪਤਾ ਹੁੰਦਾ ਮੈਂ ਉਸੇ ਤਰੀਕੇ ਦੇ ਨਾਲ ਹੀ ਪਕਾਉਂਦਾ ਅਤੇ ਪਹਿਲੇ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਿਰਚਾਂ ਸ਼ਰਦਾਂ ਅਤੇ ਬੇਸਣ ਪਾਉਣਾ ਇਸ ਤੋਂ ਬਾਅਦ ਕਿਉਂਕਿ ਪਹਿਲੇ ਬੇਸਣ ਪਾ ਦਿੱਤਾ ਸੀ ਸਾਰਾ ਮਸਾਲਾ ਮਿਕਸ ਹੋਣਾ ਨਹੀਂ ਫਿਰ ਪਕੌੜੇ ਨਹੀਂ ਬਣਨੇ ਜ਼ਬਰਦਸਤ ਸਾਡੇ ਇੱਥੇ ਪਕੌੜੇ ਖਾਣ ਦਾ ਆਪਣੀ ਮਜ਼ਾ ਆਉਂਦਾ ਘਰ ਦੇ ਦੇਸੀ ਪਕੌੜੇ ਤਾਂ ਹੋਰ ਹੀ ਸਵਾਦ ਦਿੰਦੇ ਨੇ ਹੁਣ ਪਾਉਣਾ ਅਸੀਂ ਬੇਸਣ ਜੀ ਹੁਣ ਅਸੀਂ ਪਾਉਣ ਲੱਗੇ ਹਾਂ ਪਾਣੀ ਅਤੇ ਪਾਣੀ ਦੇ ਨਾਲ ਇਹਨੂੰ ਕਰਾਂਗੇ ਹੁਣ ਮਿਕਸ ਪਾਉਣਾ ਉਨੇ ਉਨਾ ਤੁਸੀਂ ਪਾਣੀ ਪਾਉਣਾ ਜਿੰਨਾ ਤੁਹਾਨੂੰ ਚਾਹੀਦਾ ਜ਼ਿਆਦਾ ਪਾਣੀ ਵੀ ਨਹੀਂ ਪਾਉਣਾ ਬਹੁਤ ਹੀ ਪਤਲੇ ਹੋ ਜਾਣਗੇ ਫਿਰ ਤੁਹਾਨੂੰ ਬੇਸਣ ਹੋਰ ਜ਼ਿਆਦਾ ਪਾਉਣਾ ਪਏਗਾ ਹਿਸਾਬ ਦਾ ਪਾਣੀ ਹੋਣਾ ਚਾਹੀਦਾ ਜਿਹਦੇ ਅੰਦਰ ਬੇਸਣ ਅੱਛੀ ਤਰ੍ਹਾਂ ਮਿਕਸ ਹੋ ਜਾਏ ਅਤੇ ਪਿਆਜ਼ ਸ਼ਾਹ ਦੇ ਨਾਲ ਲੱਗ ਜਾਏ ਵੇਖ ਰਹੇ ਹੋ ਕਿਸ ਤਰ੍ਹਾਂ ਜ਼ਬਰਦਸਤ ਜਿਹਾ ਲੱਗ ਰਿਹਾ ਮਜ਼ਾ ਆ ਰਿਹਾ ਵੇਖੋ ਜੀ ਇਹ ਮਿਕਸ ਹੋ ਗਿਆ ਸਾਰਾ ਕੰਮ ਤਿਆਰ ਹੁਣ ਅਸੀਂ ਬਣਾਵਾਂਗੇ ਇਸ ਤੋਂ ਬਾਅਦ ਪਕੌੜੇ ਅਤੇ ਵਿਖਾਵਾਂਗੇ ਇਹ ਦੇਖ ਲਓ ਜੀ ਇਹ ਸਾਡਾ ਮਸਾਲਾ ਹੋ ਗਿਆ ਤਿਆਰ ਇਸ ਤਰ੍ਹਾਂ ਹੋਣਾ ਚਾਹੀਦਾ ਕਿਉਂਕਿ ਜ਼ਿਆਦਾ ਵੀ ਪਤਲਾ ਨਹੀਂ ਹੋਣਾ ਚਾਹੀਦਾ ਫਿਰ ਪਕੌੜੇ ਸਹੀ ਨਹੀਂ ਬਣਨਗੇ ਇਸ ਤੋਂ ਬਾਅਦ ਤੁਹਾਨੂੰ ਵਿਖਾਉਂਦੇ ਹਾਂ ਪਕੌੜੇ ਬਣਨਗੇ ਕਿਵੇਂ ਲਓ ਜੀ ਹੁਣ ਪਕੌੜੇ ਬਣਾ ਲੱਗਿਆ ਸਾਡਾ ਓਇਲ ਹੋ ਗਿਆ ਜੇ ਗਰਮ Thank you.
पकौड़े हो गए ने तैयार। ए वेखो किन्ने जबरदस्त लग रहे ने, ते नाल ही साडे कोल चटनी, ए असी अगे बनाई सी करी, ए कड़ी बदाम ते सौंफ दी, ते इहदे अंदर भी तुसी डाल के खा सकदे हो, ते सैपरेट भी खा सकदे हो, ते नाल साडे कोल ने नान। ये तुहानू अगे आने वाली रैसपी असी शेयर करांगे, ते हुण तुहानू विखाने आ खा के ते इहदा स्वाद किहो जिहा। ये तो लाजमी है ना, तुम चेक शेक कराइए, खाली खूबसूरत लग रहे ने, तुसी दसना है। मैं अपने मुंह की तारीफ करनी इन्हों की, तो चेक कराना खा के विखाने कैसे ने, जबरदस्त है ने कि नहीं है। चलो चेक कराना तुम करना टेस्ट है ना, तो विखाने तुम ए लाया हूँ चिट्टी के अंदर, तो हम तुम खा के विखाने यदा स्वाद है जरा गर्म गर्म तो खाने। गर्म गर्म पकौड़े का अपने ही स्वाद होंगे, तो बने माशाला बहुत जबरदस्त ने। तुम मैं दसना किए जे लगते हैं वीडियो के अंदर, वैसे तुम खुद पकाओगे तो तुम समय लग जाएगी। जो कोई साढ़े स्टाइल के पकौड़े, हर बंदा अपने डिफरेंट स्टाइल के पकौड़े बनाता। गर्म गर्म पकौड़े होंगे दिल करता बंदा खाते रहे, वो मन स्वाद ले। अज का सा थोड़ा जहा काम से पकौड़े बनाने का, विखाण का। इंशाला जिंदगी रेत अगली वीडियो के अंदर फिर हाजिरी होगी, उस वेला मैनू दो इजाजत। अल्लाह हाफिज़।